ਵੀਡੀਓ ਬਣਾਣੇ ਵਾ ਤੇ ਜਨਾਬ ਗਏ ਆ ਸੰਦਰੀਆ ਤੇ ਤੇ ਅੱਧ ਰਾਹ ਵਿੱਚ ਪਹੁੰਚਿਆ ਤੇ ਮੋਟਰਸਾਈਕਲ ਹੋ ਗਿਆ ਜਨਾਬ ਪੈਂਚਰ ਇਹਨੂੰ ਲਵਾ ਰਹੇ ਆ ਜੀ ਹੁਣ ਇਥੋਂ ਪੈਂਚਰ ਦੀ ਇਨਸ਼ਾ ਅੱਲਾਹ ਤਾਲਾ ਮੈਨੂੰ ਲੱਗਦਾ ਕਿ ਜਾਂਦੇ ਜਾਂਦੇ ਟਾਈਮ ਜਿਹੜਾ ਪੋਣੇ 6 6 ਦਾ ਹੋ ਜਾਣਾ ਜੀ ਦਰਿਆ ਪਹੁੰਚਦੇ ਆ ਜੀ ਆਇਕ ਜਨਾਬ ਹੋ ਗਈ ਹੈ ਪੈਂਚਰ ਤੇ ਇਹਨੂੰ ਲਵਾ ਰਹੇ ਆ ਜਨਾਬ ਹੁਣ ਤੇ ਜਾਂਦਾ ਸਾਂ ਬੈ ਦਰਿਆ ਚ ਜਨਾਬ ਤੇ ਤੁਹਾਨੂੰ ਅਪਡੇਟ ਦੇਣ ਤੇ ਫੇਰ ਆਇਆ ਜਨਾਬ ਵਾਪਸੀ ਅਲਹਮਦੁਲਿਲਾ ਪੈਂਚਰ ਗਿਆ ਜੀ ਲੱਗ ਤੇ ਹੁਣ ਚੱਲਨੇ ਆਂ ਦਰਿਆਈ ਚਨਾਬ ਤੇ ਤੇ ਟਾਈਮ ਹੋ ਗਿਆ ਤਕਰੀਬਨ 5:30 ਦਾ ਤੇ ਤੁਹਾਨੂੰ ਅਪਡੇਟ ਦੇਣੇ ਆਂ ਜੀ ਦਰਿਆਈ ਚਨਾਬ ਤੇ ਸਾਰੇਂ ਦਰਿਆਵਾਂ ਦੇ ਬਾਰੇ ਵਿੱਚ ਇਨਸ਼ਾਅੱਲਾ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਹੈ ਠੀਕ ਹੋ ਜੀ ਅੱਜ ਦੀ ਵੀਡੀਓ ਦਾ ਕਾਰਨ ਹੈ ਜਨਾਬ ਆਗਾਜ਼ ਦਰਿਆਈ ਚਨਾਬ ਐਡਮਰਲਾ ਤੋਂ ਜਨਾਬ ਤੁਹਾਨੂੰ ਅਪਡੇਟ ਦੇਣ ਲੱਗੇ ਆਂ ਪੂਰੇ ਦਰਿਆ ਚ ਜਨਾਬ ਐ ਪਾਣੀ ਹੈ ਤੇ ਪਾਣੀ ਦੇ ਜਿਹੜੇ ਕਿਊਸਕ ਨੇ ਸਤਾ ਕਿੰਨਾ ਪਾਣੀ ਹੈ ਦਰਿਆਈ ਚਨਾਬ ਚ ਉਹ ਤੁਹਾਨੂੰ ਦੱਸਾਂ ਜਨਾਬ ਬਾਅਦ ਬਾਅਦ ਵਿੱਚੋਂ ਤੇ ਸਭ ਤੋਂ ਪਹਿਲਾਂ ਜਿਨ੍ਹਾਂ ਦੋਸਤਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਫੇਸਬੁੱਕ ਵਾਲੇ ਦੋਸਤ ਤੇ YouTube ਵਾਲੇ ਜਿਆਦਾ ਜਿਆਦਾ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਅੱਜ ਦੀ ਵੀਡੀਓ ਜਨਾਬ ਦਰਿਆਇ ਚਨਾਬ ਦਰਿਆਇ 라ਵੀ ਦਰਿਆਇ ਚੇਲਮ ਦਰਿਆਇ ਸਿੰਧ ਇੰਡਸ ਰਿਵਰ ਦਰਿਆਇ ਕਾਬਲ ਤੇ ਨਸ਼ਹਰਾ ਤੇ ਜੀ ਜਿਹੜੇ ਜਿਹੜੇ ਇਲਾਕਿਆਂ 'ਚ ਫਲੱਡ ਆਏ ਆ ਜੀ ਤੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਫਲੱਡ ਦੇ ਮੁੰਤਾਸਰੀਨ ਨੇ ਜਾਂ ਜਿਨ੍ਹਾਂ ਇਲਾਕਿਆਂ 'ਚ ਪਾਣੀ ਜ਼ਿਆਦਾ ਸਭ ਤੋਂ ਪਹਿਲਾਂ ਉਹਨਾਂ ਦਰਿਆਵਾਂ ਦੀ ਉਹਨਾਂ ਬਰਾਜਾਂ ਦੀ ਅਪਡੇਟ ਦਿੱਤੀ ਜਾਏ ਦੀ ਜੀ ਤਮਜ਼ੀਦ ਜਨਾਬ ਇਹ ਸਾਰਾ ਮਾਹੌਲ ਹੈ ਦਰਿਆਇ ਚਨਾਬ ਦਾ ਜੀ ਟੋਟਲ ਹੈ ਹੀ ਪਾਣੀ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਜੀ ਤੇ ਅਗਰ ਫਲੱਡ ਦਾ ਕਰਕੇ ਦਸਨਾ ਹੋਵੇ ਤੇ ਫਿਰ ਐ ਤੇ ਮਜ਼ੀਦ ਇਹ ਹੀ ਪਾਣੀ ਹੈ ਜੀ ਸਾਰਾ ਟੋਟਲ ਜੀ ਤੇ ਵੀਡੀਓ ਦਾ ਕਰਨੇ ਆ ਜੀ ਆਗਾਜ਼ ਤੇ ਤੁਹਾਨੂੰ ਦੇਨੇ ਆ ਜੀ ਅਪਡੇਟ ਸਾਰੇ ਦਰਿਆਵਾਂ ਦੀ ਜੀ ਇਨਸ਼ਾਅੱਲਾ ਬismillahir Rahmanir Rahim Assalamu Alaikum Ya Ali Haq Haider ਉਮੀਦ ਕਰਨਾ ਵਾ ਜੀ ਤੁਸੀਂ ਸਾਰੇ ਭਰਾ ਠੀਕ ਹੋ ਉਹਦੇ ਅੱਲਾਹ ਤਾਲਾ ਤੁਹਾਨੂੰ ਆਪਣੀ ਸੂਮਾਨ ਚ ਰੱਖੇ ਜੀ ਤੁਸੀਂ ਜਿੱਥੇ-ਜਿੱਥੇ ਵੀ ਰਹੋ ਉਹ ਅੱਲਾਹ ਤਾਲਾ ਤੁਹਾਡੇ ਤੇ ਕਰਮ ਤੇ ਆਪਣਾ ਫਜ਼ਲ ਫਰਮਾਏ ਜੀ ਤੇ ਸਭ ਤੋਂ ਪਹਿਲਾਂ ਜਿੰਨਾ ਦੋਸਤਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਜਿਹੜੇ ਫੇਸਬੁਕ ਯੂਜ਼ਰ ਭਾਈ ਨੇ ਤੁਹਾਡੀ ਸਕਰੀਨ ਦੇ ਸਾਹਮਣੇ ਮੇਰੇ ਪੇਜ ਦਾ ਨਾਮ ਆ ਰਿਹਾ ਤੇ ਇਹਨੂੰ ਤੁਸੀਂ ਫਾਲੋ ਕਰ ਲਓ ਤੇ ਆਲ ਵੀਡੀਓਜ਼ ਤੇ ਕਲਿੱਕ ਕਰ ਲਓ ਜੀ ਤੇ ਅੱਜ ਦੀ ਜਿਹੜੀ ਅਪਡੇਟ ਹੈ ਸਭ ਤੋਂ ਪਹਿਲਾਂ ਦਰਿਆਏ ਸਵਾਦ ਦਰਿਆਏ ਕਾਬਲ ਤੇ ਗੁੱਡੂ ਸਖਰ ਤੇ ਤੌਸਾ ਇਹ ਇਹਦੀ ਦਿੱਤੀ ਜਾਏ ਦੀ ਉਸ ਤੋਂ ਬਾਅਦ ਦਰਿਆਏ ਚਨਾਬ ਜੇਲਮ ਤੇ ਰਾਵੀ ਜੀ ਤੇ ਦਰਿਆਏ ਸਤਲਜ ਇਨਸ਼ਾਅੱਲਾ ਤਾਲਾ ਇਹਨਾਂ ਸਾਰਿਆਂ ਦਰਿਆਵਾਂ ਦੀ ਤੁਹਾਨੂੰ ਅਪਡੇਟ ਦਿੱਤੀ ਜਾਏ ਦੀ ਵੀਡੀਓ ਨੂੰ ਕਿਸੇ ਵੀ ਜਗ੍ਹਾ ਉਦਸੀ ਕੀ ਪਨਾ ਕਰਿਓ ਮੌਸਮ ਨੂੰ ਮੱਦੇਨਜ਼ਰ ਰਾਸਤੇ ਆ ਕੁਝ ਨਹੀਂ ਆਖਿਆ ਜਾ ਸਕਦਾ ਕਿ ਕਿਸੇ ਟਾਈਮ ਇਹਨਾਂ ਦਰਿਆਵਾਂ ਵਿੱਚ ਪਾਣੀ ਆ ਸਕਦਾ ਜਾਂ ਕਿਸੇ ਵੀ ਟਾਈਮ ਮੰਗਲਾ ਡੈਮ ਪਾਣੀ ਛੱਡ ਸਕਦਾ ਦਰਿਆ ਜੇਲਮ ਚ ਆਈ ਡੇਟ ਹੋ ਗਈ ਹੈ ਜੀ 29 ਅਠਵਾਂ ਮਹੀਨਾ 2022 ਜੀ ਦਰਿਆਏ ਕਾਬਲ ਨਿਸ਼ਾਰਾ ਦੇ ਮਕਾਮ ਤੇ ਪਾਣੀ ਹੈ 294700 ਜੀ ਅੱਗੇ ਆ ਗਿਆ ਜੀ ਖੈਰਾਬਾਦ ਉੱਥੇ ਪਾਣੀ ਹੈ ਜੀ 498700 ਜੀ ਅੱਗੇ ਆ ਗਿਆ ਜੀ ਤਰਬੇਲਾ ਤੇ ਤਰਬੇਲਾ ਕੋਲ ਪਾਣੀ ਹੈ 263000 ਅੱਗੇ ਆ ਗਿਆ ਜੀ ਕਾਲਾ ਬਾਗ ਕਾਲਾ ਬਾਗ ਕੋਲ ਪਾਣੀ ਹੈ 510594 ਅੱਗੇ ਆ ਗਿਆ ਜੀ ਚਸ਼ਮਾ ਤੇ ਚਸ਼ਮਾ ਕੋਲ ਪਾਣੀ ਹੈ 516200 ਅੱਗੇ ਆ ਗਿਆ ਜੀ ਤੌਸਾ ਤੇ ਤੌਸਾ ਕੋਲ ਪਾਣੀ ਹੈ 588986 ਜੀ ਅੱਗੇ ਆ ਗਿਆ ਜੀ ਗੁੱਡੂ ਬਰਾਜ ਤੇ ਗੁੱਡੂ ਬਰਾਜ ਕੋਲ ਪਾਣੀ ਹੈ 509044 ਜੀ ਅੱਗੇ ਆ ਗਿਆ ਜੀ ਸਖਰ ਤੇ ਸਖਰ ਕੋਲ ਪਾਣੀ ਹੈ 530750 ਅੱਗੇ ਆ ਗਿਆ ਜੀ ਕੋਟਰੀ ਤੇ ਕੋਟਰੀ ਕੋਲ ਪਾਣੀ ਹੈ 343993 ਜੀ ਤੇ ਇਹ ਤੇ ਸੀ ਜਨਾਬ ਦਰਿਆ ਸਿੰਧ ਇੰਡਸਟਰੀ ਵਰ ਦਰਿਆ ਕਾਬਲ ਇਹਨਾਂ ਸਾਰਿਆਂ ਬਰਾਜਾਂ ਦੀ ਅਪਡੇਟ ਤੇ ਅੱਲਾਹ ਤਾਲਾ ਰਹਿਮ ਕਰੇ ਜੀ ਅੱਲਾਹ ਤਾਲਾ ਸਾਨੂੰ ਇਸ ਪਾਣੀ ਦੀ ਆਫਤ ਤੋਂ ਬਚਾਏ ਕਾਫੀ ਦਿਨ ਹੋ ਗਏ ਨੇ ਅਪਡੇਟ ਦੇਂਦੇ ਆ ਤੇ ਪਾਣੀ ਦੀ ਜਿਹੜੀ ਸੱਤ ਹੈ ਇਹ ਕੰਮ ਨਹੀਂ ਹੋ ਰਹੀ ਜੀ ਤੇ ਤੁਸੀਂ ਵੀ ਸਾਰੇ ਅੱਲਾਹ ਤਾਲਾ ਅਗੇ ਦੁਆ ਕਰੋ ਮੈਂ ਵੀ ਦੁਆ ਕਰਨਾ ਤੇ ਕੱਲ ਵੀ ਮੈਂ ਆਖਿਆ ਸੀ ਕਿ ਜਿੰਨੇ ਵੀ ਮਤਾਸਰਿਨ ਨੇ ਇਸ ਲਾਪ ਦੀ ਵਜ੍ਹਾ ਤੋਂ ਅਲਹਮਦੁਲਿਲਾ ਅੱਜ ਵੀ ਸਾਡਿਆਂ ਪਿੰਡਾਂ ਵਿੱਚ ਵੀ ਸ਼ਹਿਰਾਂ ਵਿੱਚ ਵੀ ਜਗ੍ਹਾ ਜਗ੍ਹਾ ਤੇ ਕੈਂਪ ਲੱਗੇ ਨੇ ਇਹਨਾਂ ਦੀ ਮਦਦ ਵਾਸਤੇ ਤੇ ਇਹ ਨਹੀਂ ਕਿ ਤੁਸਾਂ ਹਜ਼ਾਰ ਹੀ ਦੇਣਾ ਤੁਸੀਂ ਥੋੜੇ ਥੋੜੇ ਕਰਕੇ ਵੀ ਪੈਸੇ ਦਿਓ ਉਹਨਾਂ ਤੇ ਉਹਨਾਂ ਸਾਰਿਆਂ ਭਰਾਵਾਂ ਦੀ ਮਦਦ ਹੋ ਸਕਦੀ ਹੈ ਐਨੇ ਤੇ ਹੋਰ ਖਰਚੇ ਕਰੀਦੇ ਨੇ ਤੇ ਉਹ ਥੋੜੇ ਘਟਾ ਲਓ ਤੇ ਇਹ ਜਿਹੜੀ ਮਦਦ ਇਹ ਸਾਡੇ ਵਾਸਤੇ ਜ਼ਰੂਰੀ ਹੈ ਕਿਉਂਕਿ ਸਾਡੇ ਭਰਾ ਨੇ ਤੇ ਇਸ ਵਾਤੇ ਕਰਕੇ ਸਾਨੂੰ ਉਹਨਾਂ ਦੀ ਜਿਹੜੀ ਮਦਦ ਇਹ ਉਹ ਕਰਨੀ ਚਾਹੀਦੀ ਹੈ ਜੀ ਹੁਣ ਤੁਹਾਨੂੰ ਅਪਡੇਟ ਦੇਨੇ ਹੈ ਦਰਿਆਇ ਚਨਾਬ ਦੀ ਐਡ ਮਰਾਲਾ ਤੋਂ ਲੱਗ ਕੇ ਐਡ ਤਰੀਮੂ ਤੇ ਐਡ ਪਾਇਨਾ ਤੱਕ ਜੀ ਐਡ ਮਰਾਲਾ ਜਿਹੜਾ ਪਾਣੀ ਡਿਸਚਾਰਜ ਕਰ ਰਿਹਾ ਹੈ ਉਹ ਜੀ 27000 ਜਿਹੜਾ ਐਡ ਖਾਨ ਕੀ ਪਾਣੀ ਡਿਸਚਾਰਜ ਕਰ ਰਿਹਾ ਹੈ ਉਹ ਜੀ 36000 ਤੇ ਜਿਹੜਾ ਐਡ ਕਾਦਰਾਬਾਦ ਪਾਣੀ ਡਿਸਚਾਰਜ ਕਰ ਰਿਹਾ ਉਹ ਜੀ 38000 ਸਿਰਫ ਔਰ ਸਿਰਫ 2000 ਦਾ ਫਰਕ ਹੈ ਅਲhamdulillah ਫਿਲਹਾਲ ਦਰਿਆਇ ਚਨਾਬ ਵਿੱਚ ਕੋਈ ਨਹੀਂ ਪਾਣੀ ਜਿਹੜਾ ਤੁਹਾਨੂੰ ਦੱਸਿਆ ਇਹ ਰਿਪੋਰਟ ਜੀ ਜਨਾਬ 6 ਵਜੇ ਦੀ 6 ਵੱਜ ਚੁੱਕੇ ਨੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ 5:30 ਵਜੇ ਜਿਹੜਾ ਕਿ ਮੈਂ ਮੋਟਰਸਾਈਕਲ ਨੂੰ ਪੈਂਚਰ ਲਵਾ ਰਿਆ ਸਾਂ ਇਹ ਤੇ ਅਪਡੇਟ ਹੋ ਗਈ ਜੀ ਦਿਰਾਇਚ ਨਾਬ ਦੀ ਅੱਗੇ ਆ ਗਿਆ ਜੀ ਐਡ ਤਰੀ ਮੂੰ ਤੇ ਐਡ ਤਰੀ ਮੂੰ ਜਿਹੜਾ ਵੇ ਉਹ ਪਾਣੀ ਡਿਸਚਾਰਜ ਕਰ ਰਿਹਾ ਵੇ 65000 ਕਿ ਹੋ ਸਕ ਅੱਗੇ ਜੀ ਐਡ ਪਾਇਨ ਦਾ ਤੇ ਐਡ ਪਾਇਨ ਦਾ ਜਿਹੜਾ ਪਾਣੀ ਹੈ ਉਹ ਕਰਾਸ ਕਰਵਾ ਰਿਹਾ ਜੀ ਇਸ ਟਾਈਮ 58000 ਤੇ ਬਕਾਇਆ ਰਹਿ ਗਈ ਜੀ ਰਾਵੀ ਦੀ ਖਬਰ ਕਿਉਂਕਿ ਅੱਜ ਰਾਵੀ ਤੋਂ ਵੀ ਕਾਫੀ ਜ਼ਿਆਦਾ ਕਾਲ ਆਈਆਂ ਹਰ ਤੇ ਹੁਣ ਗੱਲ ਕਰ ਲੈਨੇ ਜੀ ਰਾਵੀ ਦੀ ਤੇ ਰਾਵੀ ਦੇ ਵਿੱਚ ਜਿਹੜਾ ਪਾਣੀ ਏ ਇਸ ਟਾਈਮ ਉਹੀ ਪਾਣੀ ਏ ਜਿਹੜਾ ਐਡਮਰਾਲੇ ਵਾਲੀ ਨਹਿਰ ਜਿਹੜੀ ਏ ਦਰਿਆਏ ਰਾਵੀ ਨੂੰ ਪਾਣੀ ਦੇ ਰਹੀ ਏ ਤਕਰੀਬਨ ਇੱਕ ਜਗ੍ਹਾ ਤੇ 30000 ਏ ਤੇ ਇੱਕ ਜਗ੍ਹਾ ਤੇ ਜਿਹੜਾ ਪਾਣੀ ਏ ਕੋਈ 22000 ਏ ਬੱਲੋ ਕੀ ਤੇ ਸੁਦਨਾਈ ਤੇ ਜੀ ਤੇ ਇਹੀ ਰਾਵੀ ਦੀ ਰਿਪੋਰਟ ਏ ਕੋਈ ਰਾਵੀ ਵਿੱਚ ਹੋ ਰੇਲਾ ਨਹੀਂ ਆ ਰਿਹਾ ਅਗਰ ਰੇਲਾ ਆਇਆ ਜਾਂ ਕਿ ਅਮਰਜੈਂਸੀ ਕੋਈ ਬਣੀ ਤੇ ਇਨਸ਼ਾਅੱਲਾ ਤਾਲਾ ਵੀਡੀਓ ਬਣਾ ਕੇ ਦਿਨ ਨੂੰ ਕਿਸੇ ਵੀ ਟਾਈਮ ਅਪਲੋਡ ਕਰ ਦਿੱਤੀ ਜਾਏ ਦੀ ਐਸੇ ਚੈਨਲ ਤੇ ਹੁਣ ਗੱਲ ਕਰਨੇ ਆ ਜੀ ਮੰਗਲਾ ਡੈਮ ਦੀ ਕਿ ਮੰਗਲਾ ਡੈਮ ਦੀ ਕੀ ਸੂਰਤ ਹਾਲ ਹੈ ਦਰਿਆ ਜੇਲਮ ਦਰਿਆ ਨੀਲਮ ਦੀ ਜੀ ਮੰਗਲਾ ਦੀ ਉਹੀ ਪੋਜੀਸ਼ਨ ਹੈ ਕੱਲ ਵਾਲੀ 45000 ਕਿਊਸਕ ਜਿਹੜਾ ਵੇ ਮੰਗਲਾ ਡੈਮ ਪਾਣੀ ਡਿਸਚਾਰਜ ਕਰ ਰਿਹਾ ਤੇ ਐਡ ਰਸੂਲ ਤੇ ਜਿਹੜਾ ਪਾਣੀ ਹੈ ਉਹ ਤਕਰੀਬਨ ਕੋਈ 45 ਕਿਸੋ ਹੋਵੇ ਜੀ ਫਿਲਹਾਲ ਦਰਿਆ ਜੇਲਮ ਦੀ ਕੋਈ ਐਸੀ ਅਪਡੇਟ ਨਹੀਂ ਕੋਈ ਖਤਰਾ ਨਹੀਂ ਦਰਿਆ ਜੇਲਾਮ ਵਾਲੇ ਵੀ ਸਿਕਯੋਰ ਨੇ ਦਰਿਆ ਚਨਾਬ ਵਾਲੇ ਵੀ ਸਿਕਯੋਰ ਨੇ ਤੇ ਦਰਿਆ ਰਾਵੀ ਵਾਲੇ ਵੀ ਸਿਕਯੋਰ ਨੇ ਤੇ ਜਿਹੜਾ ਖਤਰਾ ਹੋਵੇ ਉਹ ਸਖਰ ਗੁੱਡੂ ਤੇ ਉਸ ਤੋਂ ਬਾਅਦ ਤਰਬੇਲਾ ਤੇ ਉਸ ਤੋਂ ਬਾਅਦ ਜਿਹੜਾ ਵੇ ਤੋਸਾ ਇੱਥੇ ਹਲੇ ਤੱਕ ਪਾਣੀ ਘਟ ਨਹੀਂ ਹੋ ਰਿਹਾ ਤੇ ਅੱਲਾਹ ਤਾਲਾ ਗੇਹੀ ਦੁਆ ਹੈ ਕਿ ਯਾਰ ਰੱਬਉਲ ਆਲਾਮਿਨ ਅਸੀਂ ਤੇਰੀ ਰਹਿਮਤ ਦੀ ਨਕਾਰੀ ਨਹੀਂ ਕਰਦੇ ਮਗਰ ਸਾਡੇ ਤੇ ਆਪਣਾ ਫਜ਼ਲ ਤੇ ਆਪਣਾ ਕਰਮ ਫਰਮਾ ਤੇ ਸਾਨੂੰ ਇਸ ਪਾਣੀ ਦੀ ਆਫਤ ਤੋਂ ਬਚਾ ਤੇ ਉਮੀਦ ਕਰਨਾ ਜੀ ਅੱਜ ਦੀ ਵੀਡੀਓ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਮਨੋਂ ਦਿਓ ਜੀ ਇਜਾਜ਼ਤ ਅੱਲਾਹ ਤਾਲਾ ਤੁਹਾਨੂੰ ਤੁਹਾਡੀ ਫੈਮਿਲੀ ਨੂੰ ਦੁਨੀਆਂ ਤੇ ਆਖਰਤ ਦੀਆਂ ਤਮਾਮ ਖੁਸ਼ੀਆਂ ਨਸੀਬ ਫਰਮਾਏ ਜੀ ਮੈਂ ਤੁਹਾਡਾ ਭਰਾ ਤੁਹਾਡਾ ਦੋਸਤ ਸੈਦ ਅਸਮੀਨ ਆਬਦ ਜੀ ਨੈਕਸਟ ਵੀਡੀਓ ਹੋਣੇ ਤੱਕ ਜਿਆਦਾ ਜਿਆਦਾ ਆਪਣਾ ਖਿਆਲ ਰੱਖਿਓ ਤੇ ਮਨੋਂ ਦੁਆਵਾਂ 'ਚ ਯਾਦ ਰੱਖਿਓ ਇਨਸ਼ਾਅੱਲਾ ਮਿਲਨੇ ਆ ਜੀ ਕਿਸੇ ਨੈਕਸਟ ਵੀਡੀਓ ਦੇ ਨਾਲ ਆਇਆ ਜਨਾਬ ਸ਼ਾਮ ਗਈ ਹੈ ਹੋ ਤੇ ਨਜ਼ਾਰਾ ਤੁਸੀਂ ਵੇਖ ਸਕਦੇ ਹੋ ਜੀ ਸ਼ਾਮ ਦਾ ਜੀ ਉਹ ਇਹਨਾਂ ਵੀਡੀਓ ਅਪਲੋਡ ਕਰਨੀ ਹੈ ਬਣਾਣੀ ਹੈ 7:30 ਪੋਣੇ 8 ਵਜੇ ਇਹ ਵੀਡੀਓ ਅਪਲੋਡ ਕਰਨੀ ਹੈ ਜੀ ਐਸੂਰਤਿਆ ਵਾਲੇ ਜੀ ਕੁਛ ਭਰਾ ਆਂਦੇ ਨੇ ਭਾਈ ਅਰੇ ਇੱਕੀ ਵੀਡੀਓ ਵੇ ਨਹੀਂ ਮੇਰਾ ਭਰਾ ਆਈ 29 ਤਰੀਕ ਐ 8ਵਾਂ ਮਹੀਨਾ 2002 ਹੈ ਤੇ ਕੋਈ ਬੰਦਾ ਵੀ ਨਹੀਂ ਨਾ ਇੱਥੇ ਪਰ ਉਹਨੂੰ ਵੀ ਜਿੰਨਾ ਭਰਾਵਾਂ ਯਕੀਨ ਨਹੀਂ ਨਾ ਜੀ ਕਰਨਾ ਤੇ ਉਹਨਾਂ ਕੋ ਨਹੀਂ ਕਰਨਾ ਉਹਨਾਂ ਉਹ ਹੀ ਖਬਰਾਂ ਵੇਖਣੀਆਂ ਨੇ ਜਿਹੜੀਆਂ ਫੇਕ ਨੇ ਤੇ ਮੇਰੀ ਅੱਲਾਹ ਤਾਲਾ ਅਗੇ ਹੀ ਦੁਆ ਹੈ ਕਿ ਅੱਲਾਹ ਤਾਲਾ ਤੁਹਾਨੂੰ ਇਹਨਾਂ ਫੇਕ ਖਬਰਾਂ ਤੋਂ ਬਚਾਏ ਕਿਉਂਕਿ ਅੱਜ ਵੀ ਕਾਫੀ ਜ਼ਿਆਦਾ ਮਨੂ ਕਾਲਾਂ ਆਈਆਂ ਸਨ ਕਿ ਦਰਿਆ ਇਸ਼ਨਾਬ ਚਰੇਲਾ ਆ ਗਿਆ ਨਾ ਕਰੇ ਅਗਰ ਪਾਣੀ ਆਇਆ ਨਾ ਜੀ ਤੇ ਮੈਂ ਵੀ ਇੱਥੇ ਆ ਤੇ ਦਰਿਆ ਵੀ ਇੱਥੇ ਤੇ ਤੁਸੀਂ ਵੀ ਇੱਥੇ ਹੋ ਮੇਰੀ ਜਨਾਬ ਤੁਹਾਡੇ ਅਗੇ ਰਿਕੁਐਸਟ ਹੈ ਕਿ ਜਿੰਨਾ ਹੋ ਸਕਦਾ ਇਸ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਬਰ ਬਰ ਵਕਤ ਇੱਕ ਨੰਬਰ ਜਿਹੜੀ ਖਬਰ ਹੈ ਦਰਿਆਵਾਂ ਦੀ ਉਹ ਮਿਲ ਸਕੇ ਜੀ ਇਹ ਆ ਤੁਸੀਂ ਮਾਹੌਲ ਵੇਖ ਸਕਦੇ ਹੋ ਜੀ